ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਜੀਤ ਪੈਪ ਟੀਵੀ ਤੇ ਮੈਂ ਤੁਹਾਡੇ ਨਾਲ ਜਗਿੰਦਰ ਸਿੰਘ। ਅੱਜ ਅਸੀਂ ਇੱਕ ਵਾਰ ਫਿਰ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਮੁੱਦਾ ਦੁਬਾਰਾ ਭਖ ਰਿਹਾ ਉਸ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ। ਅੱਜ ਐਸਟੀਐਫ ਵੱਲੋਂ ਜਿਹੜਾ ਹਾਲ ਹੀ 'ਚ ਗੁਰਦੀਪ ਸਿੰਘ ਰਾਣੋ ਜਿਹੜਾ ਡਰੱਗ ਸਮਗਲਰ ਫੜਿਆ ਗਿਆ ਤੇ ਉਹਦੇ ਨਾਲ ਉਹਦੇ ਸਾਥੀ, ਉਹਨਾਂ ਦੇ ਮੁੱਦੇ ਨੂੰ ਲੈ ਕੇ ਭਾਵੇਂ ਐਸਟੀਐਫ ਵੱਲੋਂ ਜਿਹੜੀ ਹੈ ਕਾਰਵਾਈ ਉਹ ਚੱਲ ਰਹੀ ਹੈ ਤੇ ਉਹਦੇ ਨਾਲ ਹੀ ਇਸ ਮੁੱਦੇ ਤੇ ਜਿਹੜੀ ਹੈ ਰਾਜਨੀਤਿਕ ਲੋਕਾਂ, ਪੁਲਿਸ ਤੇ ਜਿਹੜੀ ਹੈਗੀ ਹੈ ਡਰੱਗ ਮਾਫੀਆ, ਇਹ ਇਹਨਾਂ ਦੀ ਜਿਹੜੀ ਤਿੱਕੜੀ ਦੀ ਜਿਹੜੀ ਹੈਗੀ ਇੱਕ ਸਾਂਝ ਹੈ, ਉਹਦੇ ਨਾਲ ਇੱਕ ਜਿਹੜੀ ਡੇਰਾਬਾਦ ਦੀ ਵੀ, ਬਾਬਿਆਂ ਦੀ ਵੀ ਇੱਕ ਸਾਂਝ ਸਾਹਮਣੇ ਆਈ ਹੈ। ਉਸ ਨੂੰ ਲੈ ਕੇ ਅੱਜ ਪੰਥਕ ਜਥੇਬੰਦੀਆਂ ਵੱਲੋਂ ਇੱਕ ਵੱਡਾ ਪ੍ਰੋਗਰਾਮ ਲਿਖਿਆ ਗਿਆ ਤੇ ਗੁਰਦੁਆਰਾ ਗੁਰੂਸਰ ਕੌਂਕੇ ਵਿਖੇ ਪੰਥਕ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਮਾਰਚ ਦਾ, ਇਹ ਗੁਰਦੁਆਰਾ ਗੁਰੂਸਰ ਤੋਂ 21 ਨਵੰਬਰ ਨੂੰ ਜਿਹੜਾ ਇਹ ਮਾਰਚ ਸ਼ੁਰੂ ਕਰਕੇ ਵੱਖ ਵੱਖ ਥਾਵਾਂ 'ਤੇ ਹੁੰਦਾ ਹੋਇਆ ਲੋਕਾਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕਰਦਾ ਹੋਇਆ, ਅਤੇ ਉਹਦੇ ਨਾਲ ਹੀ ਜਿਹੜਾ ਸਰਕਾਰ 'ਤੇ ਇਸ ਜਿਹੜੀ ਜਿਹੜਾ ਹੈਗਾ ਰਾਜਨੀਤਿਕ ਲੋਕਾਂ ਦਾ, ਪੁਲਿਸ ਦਾ ਵੀ ਇੱਕ ਹਿੱਸਾ ਮਾਫੀਏ ਦੇ ਨਾਲ ਜੁੜਿਆ ਹੋਇਆ, ਜਾਂ ਜਿਹੜੇ ਬਾਬਿਆਂ ਦੀ ਵੀ ਸਾਂਝ ਸਾਹਮਣੇ ਆਈ ਹੈ ਉਹਨੂੰ ਨੰਗਾ ਕਰਨ ਲਈ ਜਿਹੜਾ ਉਹ ਸਰਕਾਰ ਪਾਸੋਂ ਇਹ ਮਾਰਚ ਮੰਗ ਵੀ ਕਰੇਗਾ ਅਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਤੱਕ ਜਿਹੜਾ ਇਹ ਮਾਰਚ ਕੀਤਾ ਜਾਵੇਗਾ। ਇਸ ਮਾਰਚ 'ਚ ਜਿਹੜੀਆਂ ਪੰਥਕ ਜਥੇਬੰਦੀਆਂ ਤੋਂ ਇਲਾਵਾ ਜਿਹੜੀ ਨੌਜਵਾਨਾਂ ਦੀ ਅਗਵਾਈ ਕਰਨ ਵਾਲੇ ਜਿਹੜੇ ਆਗੂ ਨੇ, ਲੱਖਾ ਸਦਾਣਾ ਵੀ ਅੱਜ ਸ਼ਾਮਿਲ ਹੋਏ ਨੇ, ਉਹਨਾਂ ਨੇ ਵੀ ਇਸ ਮਾਰਚ 'ਚ ਆਪਣੇ ਸਾਥੀਆਂ ਸਮੇਤ ਸ਼ਾਮਿਲ ਹੋਣ ਦੀ ਗੱਲ ਕੀਤੀ ਹੈ। ਆਓ ਅਸੀਂ ਦੇਖਦੇ ਹਾਂ ਇਸ ਮੀਟਿੰਗ ਜਿਹੜੇ ਜਿਹੜੀਆਂ ਪੰਥਕ ਜਥੇਬੰਦੀਆਂ ਸ਼ਾਮਿਲ ਹੋਈਆਂ ਜਾਂ ਲੱਖਾ ਸਦਾਣਾ, ਉਹਨਾਂ ਨੇ ਇਸ ਮੀਟਿੰਗ ਕਰਕੇ ਕੀ ਪ੍ਰੋਗਰਾਮ ਦੇਖਿਆ, ਦੱਸਿਆ ਜਾਂ ਲਿਖਿਆ, ਉਹਦੇ ਬਾਰੇ ਤੁਹਾਨੂੰ ਦਿਖਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਬਹੁਤ ਵੱਡੇ ਇੱਕ ਨਸ਼ੇ ਦੇ ਤਸਕਰ ਜਿਹੜੇ ਫੜੇ ਗਏ ਨੇ, ਉਹਨਾਂ ਦੇ ਵਿੱਚ ਗੁਰਦੀਪ ਰਾਣੋ ਸਰਪੰਚ ਪਿੰਡ ਰਾਣੋ ਵਾਲਾ, ਅਤੇ ਉਹਦੇ ਜਿਹੜਾ ਨਾਲ ਵੱਡੀ ਸ਼ਮੂਲੀਅਤ ਰਹੀ ਹੈ ਉਹ ਜਿਹੜਾ ਇੱਕ ਸਾਹ ਦਾ ਘਾਲਾ, ਉਹਦਾ ਭਾਣਜਾ ਉਹਨੂੰ ਹੀ ਫੜਿਆ ਗਿਆ। ਸੁਣਨ 'ਚ ਆਇਆ ਕਿ ਉਹਦੇ ਸੈਕਟਰੀ ਨੂੰ, ਜਿਹੜੇ ਐਸਟੀਐਫ ਵਾਲੇ ਸੀਗੇ ਸੈਕਟਰੀ ਦੇ ਘਰੋਂ, ਉਹਦੇ ਜਿਹੜੇ ਘਾਲੇ ਦੇ ਜਿਹੜਾ ਨਾਨਕਸਰ ਵਾਲਾ ਘਾਲਾ ਸਾਹ ਹੈ, ਉਹਦੇ ਸੈਕਟਰੀ ਦੇ ਘਰੋਂ ਫੜਿਆ ਗਿਆ ਉਹਦਾ ਭਾਣਜਾ। ਤਾਂ ਹੁਣ ਇਹ ਸਾਨੂੰ ਸਮਝਣ ਦੀ ਲੋੜ ਹੈਗੀ ਕਿ ਜਿਹੜੇ ਇਹ ਗੱਠਜੋੜ ਇਹਨਾਂ ਦਾ ਬਣਿਆ ਹੋਇਆ, ਇੱਕ ਆਪਾਂ ਪਹਿਲਾਂ ਸੋਚਦੇ ਹੁੰਦੇ ਸੀ ਇੱਕ ਸਿਆਸੀ ਬੰਦੇ ਨੇ, ਸਮਗਲਰ ਨੇ, ਅਤੇ ਕੁਛ ਕਾਲੀਆਂ ਭੇਡਾਂ ਜਿਹੜੀਆਂ ਪੁਲਿਸ ਦੀਆਂ ਹੈਗੀਆਂ ਨੇ ਉਹ ਇਹਨਾਂ ਨਾਲ ਲੜੀਆਂ ਹੋਈਆਂ ਨੇ। ਪਰ ਹੁਣ ਜਿਹੜੀ ਗੱਲ ਸਾਫ਼ ਹੋ ਗਈ ਕਿ ਇਹਨਾਂ ਨਾਲ ਜਿਹੜਾ ਆਹ ਸਾਧ ਲਾਉਣਾ, ਆਹ ਡੇਰੇ ਵਾਲੇ ਜਿਹੜੇ ਹੈਗੇ ਜਿੰਨੇ, ਇਹਨਾਂ ਦਾ ਵੀ ਇੱਕ ਗੱਠਜੋੜ ਬਣਿਆ ਹੋਇਆ, ਇਹ ਚਾਰਾਂ ਦੀ ਇੱਕ ਜਿਹੜੀ ਜੁੜਲੀ ਹੈ ਜਿਹੜੀ ਪੰਜਾਬ ਦੇ ਵਿੱਚ ਚਿੱਟੇ ਦਾ, ਹੈਰੋਇਨ ਦਾ ਜਿਹੜਾ ਕੰਮ ਕਰ ਰਹੀ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਹੀ ਹੈ। ਪੰਜਾਬ ਦੀ ਜਵਾਨੀ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਰੋਜ਼ ਚਿੱਟਿਆਂ ਦੇ ਟੀਕੇ ਲਾ ਕੇ ਮਰ ਰਹੇ ਨੇ ਨੌਜਵਾਨ। ਤਾਂ ਉਸੇ ਸੰਬੰਧ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਲੋਕਾਂ ਨੂੰ ਨੰਗੇ ਕਰਨ ਦੇ ਲਈ, ਇਹਨਾਂ ਲੋਕਾਂ ਨੂੰ ਲੋਕਾਂ ਦੇ ਵਿੱਚ ਨਖੇੜਨ ਦੇ ਲਈ ਪੰਜਾਬ ਦੀਆਂ ਵੱਖ ਵੱਖ ਧਿਰਾਂ ਵੱਲੋਂ, ਪੰਜਾਬ ਦੇ ਜਿਹੜੇ ਚਿੰਤਤ ਲੋਕ ਨੇ ਉਹਨਾਂ ਵੱਲੋਂ 21 ਤਰੀਕ ਨੂੰ ਗੁਰੂਸਰ ਕੌਂਕੇ, ਇਤਿਹਾਸਕ ਆਪਣੇ ਗੁਰਦੁਆਰਾ ਸਾਹਿਬ ਨੇ, ਉੱਥੋਂ ਇੱਕ ਮਾਰਚ ਚੱਲਣਾ ਅਤੇ ਅੱਗੇ ਕੌਂਕੇ, ਮੱਲਾ, ਮਾਣੂਕੇ ਅਤੇ ਝੋੜ ਅਤੇ ਰਾਏਕੋਟ ਤੱਕ ਇਹ ਜਿਹੜਾ ਮਾਰਚ ਜਾਣਾ। ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਨੌਜਵਾਨਾਂ ਨੂੰ, ਖਾਸ ਕਰਕੇ ਮੈਂ ਅਪੀਲ ਕਰਦਾ ਕਿ ਵੱਧ ਚੜ੍ਹ ਕੇ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ ਇਸ ਇਕੱਠ ਦੇ ਵਿੱਚ, ਇਸ ਮਾਰਚ ਦੇ ਵਿੱਚ, ਤਾਂ ਕਿ ਸਾਰੇ ਜਿਹੜੇ ਇਹ ਇਨਸਾਨ ਹੈ ਨੰਗੇ ਹੋ ਸਕਣ। ਕਿਉਂਕਿ ਹਾਲੇ ਇਹ ਵੀ ਆਇਆ ਕਿ ਐਸਟੀਐਫ ਨੇ ਦੋ ਜਿਹੜੇ ਐਸਪੀ ਨੇ ਪੰਜਾਬ ਪੁਲਿਸ ਦੇ, ਉਹਨਾਂ ਨੂੰ ਵੀ ਪੁੱਛ ਗਿੱਛ ਲਈ ਬੁਲਾਇਆ। ਤਾਂ ਆਪਾਂ ਚਾਹੁੰਦੇ ਹਾਂ ਕਿ ਸਾਰੇ ਬੰਦੇ, ਕਦੇ ਇਹ ਨਾ ਹੋਵੇ ਕਿ ਕੁਛ ਬੰਦੇ ਜਿਹੜੇ ਸਿਆਸੀ ਦਬਾਅ ਕਰਕੇ ਜਾਂ ਕੁਛ ਪੁਲਿਸ ਦੇ ਦਬਾਅ ਕਰਕੇ ਛੱਡੇ ਜਾਣ। ਹੁਣ ਲੋੜ ਹੈਗੀ ਹੈ ਕਿ ਆਪਾਂ ਹਰ ਵਾਰੀ ਰੌਲਾ ਪਾਉਂਦੇ ਹਾਂ ਕਿ ਯਾਰ ਚਿੱਟੇ ਨੇ ਸਾਡੀ ਜਵਾਨੀ ਮਾਰਤੀ, ਨਸ਼ੇ ਨੇ ਜਵਾਨੀ ਮਾਰਤੀ, ਪਰ ਹੁਣ ਜੇ ਬੰਦੇ ਫੜੇ ਗਏ ਸਾਡੇ ਲੋਕਾਂ ਨੂੰ ਇਕੱਠੇ ਹੋ ਕੇ ਸਾਥ ਦੇਣ ਦੀ ਲੋੜ ਹੈ। ਅਸੀਂ ਵੀ ਪਹੁੰਚਾਂਗੇ 21 ਤਰੀਕ ਨੂੰ, ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਸ਼ਮੂਲੀਅਤ ਕਰਕੇ ਇੱਕ ਦਬਾਅ ਵੱਡਾ ਸਰਕਾਰਾਂ ਦੇ ਉੱਤੇ ਬਣਾਇਆ ਜਾ ਸਕੇ ਕਿ ਜਿਹੜਾ ਚਿੱਟੇ ਦਾ ਕਾਰੋਬਾਰ ਹੈ, ਧੰਦਾ ਹੈਗਾ ਤੋਰਿਆ ਹੋਇਆ ਇਹਨਾਂ ਲੋਕਾਂ ਨੇ, ਉਹਨੂੰ ਉਹ ਲੋਕ, ਇਹ ਲੋਕ ਨੇ ਜਿਹੜੇ ਉਹ ਸਾਹਮਣੇ ਆ ਸਕਣ ਅਤੇ ਇਹਨਾਂ ਲੋਕਾਂ ਨੂੰ ਆਪਾਂ ਸਲਾਖਾਂ ਪਿੱਛੇ ਪਜਾਈਏ। ਤੁਸੀਂ ਦੇਖਿਆ ਅਤੇ ਸੁਣਿਆ ਕਿ ਅੱਜ ਦੀ ਮੀਟਿੰਗ 'ਚ ਸਿੱਖ ਜਗਾਓ, ਪੰਥ ਬਚਾਓ, ਪੰਥਕ ਲਹਿਰ, ਸਤਿਕਾਰ ਕਮੇਟੀ ਅਤੇ ਜਿਹੜਾ
खालसा परिवार है जगराऊं इलाके सिख सरगर्मियों लैके जिहड़ा वख वख समागम करता रहिंदा उन्हां वल्लों अज ये जिहड़ी सांझी मीटिंग की गई है वो मीटिंग तुसीं जिहड़ा समुचा प्रोग्राम सुनिया ते देखिया असीं इस मार्च बारे जां भविख च भी इस जिहड़े मुद्दे नाल जुड़े रहांगे इस बुलेटिन च इन्ना ही धन्नवाद मैं जोगिंदर सिंह कैमरामैन अशोक संगम नाल धन्नवाद।